ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਤਾਵਰਨ ਪ੍ਰੇਮੀਆਂ ਵਾਸਤੇ ਆ ਦੇਖੋ ਜੀ ਕਿੰਨੀ ਦੁੱਖ ਦੀ ਇੱਕ ਖਬਰ ਹੈ ਕਿ ਸਰਕਾਰੀ ਸੜਕ ਦੇ ਉੱਤੇ ਗੋਬਿੰਦਗੜ੍ਹ ਪਿੰਡ ਨੇੜੇ ਰੈਕੋਟ ਸਵਾਜਪੁਰਾ ਰੋਡ ਦੇ ਉੱਤੇ ਦਰਖਤ, ਕਿੱਡੇ ਕਿੱਡੇ ਦਰਖਤ ਨੇ ਇਹ ਜਿਹੜੇ ਛਿੱਟੇ ਗਏ ਨੇ ਇੱਕ ਕਿਸਾਨ ਜ਼ਿਮੀਂਦਾਰ ਵੱਲੋਂ, ਜਿਹੜੇ ਕਿ ਆਉਂਦੇ ਪੰਚਾਇਤੀ ਦਰਖਤਾਂ ਦੇ ਅੰਦਰ ਆਉਂਦੇ ਨੇ ਔਰ ਸੜਕ ਏਰੀਏ ਦੇ ਵਿੱਚ ਆਉਂਦੇ ਨੇ। ਠੀਕ ਹੈ ਜੀ, ਆਪਦੀ ਜ਼ਮੀਨ ਦੀ ਉਪਜਾਊ ਵਾਸਤੇ ਜਾਂ ਕਹਿ ਲਓ ਫਸਲ ਵਧੀਆ ਹੋਣ ਵਾਸਤੇ ਇਹਨਾਂ ਨੇ ਇੱਕ ਵਾਤਾਵਰਨ ਕੁਦਰਤ ਦਾ ਘਾਣ ਕੀਤਾ। ਜੇਕਰ ਇਹ ਚੀਜ਼ ਨੂੰ ਸੋਚਿਆ ਜਾਵੇ, ਦੇਖਿਆ ਜਾਵੇ ਤਾਂ ਜੇਕਰ ਕੋਈ ਜੀਵਤ ਹੀ ਨਹੀਂ ਰਹੂਗਾ ਤਾਂ ਕਿਹਦੇ ਵਾਸਤੇ ਅਸੀਂ ਫਸਲ ਉਗਾ ਰਹੇ ਹਾਂ? ਠੀਕ ਹੈ, ਹੁਣ ਇਹ ਦੇਖ ਲਓ ਜੀ ਕਿੱਡੇ ਕਿੱਡੇ ਦਰਖਤ ਨੇ। ਇਹ ਸਾਡੀ ਸੋਚ ਦੇ ਮਾਲਕ ਨੇ ਲੋਕ ਕਿ ਐਡੇ ਐਡੇ ਵੱਡੇ ਦਰਖਤ ਟਰੈਕਟਰ ਦੇ ਪਿੱਛੇ ਪਾ ਕੇ ਵੱਢੇ ਗਏ ਨੇ। ਠੀਕ ਹੈ, ਠੀਕ ਹੈ, ਸਿਰਫ ਇੱਕ ਬਿੱਘੇ ਜਾਂ ਕਨਾਲ ਕਹਿ ਲਓ ਕਨਾਲ ਦੀ ਖਾਤਰ ਫਸਲ ਲੈਣ ਦੇ ਮਾਰਿਆਂ ਨੇ। ਠੀਕ ਹੈ ਜੀ, ਹੁਣ ਤੁਸੀਂ ਸੋਚੋ ਵਾਤਾਵਰਨ ਪ੍ਰੇਮੀ ਜਾਂ ਪੰਜਾਬ ਸਰਕਾਰ ਕੰਨੀਓ, ਤਾਂ ਅਸੀਂ ਯਕੀਨ ਕਰਦੇ ਨਹੀਂ ਵੀ ਪੰਜਾਬ ਸਰਕਾਰ ਕੁਛ ਕਰੇਗੀ, ਕਿਉਂਕਿ ਪੰਜਾਬ ਸਰਕਾਰ ਨੇ ਜੋ ਕਰਨਾ ਸੀ ਉਹ ਕਰਤਾ। ਪੰਜਾਬ ਸਰਕਾਰ ਸਿਰਫ ਲਹਿਰਾਂ 'ਚ ਰਹੇਗੀ। ਧੰਨਵਾਦ।